ਇਹ ਰੋਂਦੇ ਕੁਰਲਾਉਂਦੇ ਹੋਏ ਉਸੇ ਪਰਿਵਾਰ ਦੇ ਜੀ ਹਨ ਜਿਨ੍ਹਾਂ ਦੇ 25 ਸਾਲ ਦੇ ਜਵਾਨ ਪੁੱਤ ਦੀ ਬੱਸ ਹਾਦਸੇ ਦੇ ਵਿਚਾਲੇ ਮੌਤ ਹੋਈ ਹੈ। ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੇ PRTC ਦੀ ਬੱਸ ਕੈਂਟਰ ਨੂੰ ਓਵਰਟੇਕ ਕਰ ਰਹੀ ਸੀ ਅਤੇ ਉਸੇ ਸਮੇਂ ਤੇਜ਼ ਰਫ਼ਤਾਰ 'ਚ ਆ ਰਹੀ PRTC ਬੱਸ ਸੜਕ 'ਤੇ ਪਲਟ ਜਾਂਦੀ ਹੈ, ਜਿਸ ਤੋਂ ਬਾਅਦ ਬੱਸ 'ਚ ਸਵਾਰ ਸਵਾਰੀਆਂ ਦੇ ਸੱਟਾਂ ਲੱਗਦੀਆਂ ਨੇ ਅਤੇ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਅਤੇ ਇਲਾਜ ਦੌਰਾਨ ਇੱਕ 25 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ। ਪਰਿਵਾਰ ਦਾ ਇਕੱਲਾ ਕਮਾਊ ਜੀ ਸੀ ਜਿਸ 'ਤੇ ਸਾਰਾ ਘਰ ਦਾ ਖਰਚਾ ਚੱਲਦਾ ਸੀ। ਜਦ ਜਵਾਨ ਭਰਾ ਦੀ ਮੌਤ ਦੀ ਖਬਰ ਸੁਣੀ ਤਾਂ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਾ ਪਿਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਭਰਾ ਦੀ ਫੋਟੋ ਨੂੰ ਸੀਨੇ ਨਾਲ ਲਾਈ ਹੋਈ ਇਹ ਭੈਣ ਰੋ ਰਹੀ ਹੈ ਔਰ ਪਰਿਵਾਰ ਦੇ ਦੁੱਖਾਂ ਦਾ ਪਹਾੜ ਆ ਡਿੱਗਿਆ। ਬੀਤੇ ਕੁਝ ਸਾਲ ਪਹਿਲਾਂ ਹੀ ਮ੍ਰਿਤਕ ਦੇ ਪਿਤਾ ਦੀ ਮੌਤ ਹੋਈ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਸਦੇ ਮਾਤਾ ਦੀ ਵੀ ਮੌਤ ਹੋਈ ਅਤੇ ਹੁਣ ਪਰਿਵਾਰ 'ਤੇ ਫਿਰ ਦੁੱਖਾਂ ਦਾ ਪਹਾੜ ਆ ਡਿੱਗਿਆ। ਘਰ ਦਾ ਇਕੱਲਾ ਕਮਾਊ ਪੁੱਤ ਸੀ ਜਿਸ 'ਤੇ ਸਾਰੇ ਘਰ ਦਾ ਜੋ ਖਰਚਾ ਸੀ ਚੱਲਦਾ ਸੀ, ਪਰ ਹੁਣ ਉਸਦੀ ਇਸ ਬੱਸ ਹਾਦਸੇ ਦੇ ਵਿਚਾਲੇ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ ਅਤੇ ਤਰਸ ਦੇ ਆਧਾਰ 'ਤੇ ਉਸਨੂੰ ਨੌਕਰੀ ਮਿਲੀ ਸੀ ਅਤੇ ਹੁਣ ਪਰਿਵਾਰ ਦੇ ਜੀਆਂ ਦੇ ਵੱਲੋਂ ਫਿਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਬਸ ਚੰਡੀਗੜ੍ਹ ਤੋਂ ਆ ਰਹੇ ਸੀ, ਬੱਸ 'ਚ ਬੈਠੇ ਸੀ, 9:30 ਸਾਨੂੰ ਕਿਹਾ ਸੀ, ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ। ਬਸ ਆਉਂਦੇ ਹੋਏ ਵੇਟ ਕਰ ਰਹੇ, ਸਾਨੂੰ ਨਹੀਂ ਪਤਾ ਕੀ ਹੋਇਆ, ਕਹਿੰਦੇ ਬਸ ਸੱਟਾਂ ਵੱਜੀਆਂ ਕਾਫੀ ਇਹਨਾਂ ਦੀ, ਵਿੱਚ ਮੇਰੇ ਭਾਈ ਵੀ ਸੀ ਨਾਲ ਜੀ। ਉਸ ਤੋਂ ਬਾਅਦ ਸਾਨੂੰ ਕੁਛ ਨਹੀਂ ਪਤਾ ਵੀ ਕਿਹਦੇ ਕਿਵੇਂ ਸੱਟ ਵੱਜੇ ਕੀ ਨਹੀਂ, ਸਾਨੂੰ ਤਾਂ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਦੀ ਸੱਟ ਵੱਜੀਆਂ ਨੇ। ਸਾਨੂੰ ਮੋਰਨਿੰਗ ਟਾਈਮ ਪਤਾ ਲੱਗਿਆ 6:00 ਮੇਰੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਦੋਂ ਹੋਇਆ, ਵੀ ਸਾਨੂੰ ਪਹਿਲਾਂ ਕਿਸੇ ਨੇ ਕੁਛ ਨਹੀਂ ਦੱਸਿਆ ਸੀ। ਮੈਂ ਤਾਂ ਬਹੁਤ ਟਾਈਮ ਦੀ ਥੱਕੀ ਪਈ ਸੀ, ਇਹਨਾਂ ਨੇ ਦੱਸਿਆ ਸੀ ਮੈਨੂੰ, ਦਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਵੀ ਸਵੇਰੇ ਬੇਚੈਨੀ ਜੋ ਪੁੱਛਿਆ ਰਹਿਣ ਗਿਆ, ਪੁੱਛ ਲਿਆ ਭਾਬੀ ਨੂੰ, ਉਹਨੇ ਦੱਸਿਆ ਵੀ ਇਹ ਗੱਲ ਹੋਈ ਹੈ, ਵੀ ਐਵੇਂ ਦੱਸਤਾ। ਅਸਲ 'ਚ ਜਦੋਂ ਐਕਸੀਡੈਂਟ ਹੋਇਆ ਉਹਦੀ ਔਲਾਦ ਮੈਨੂੰ ਪੂਰੇ ਹੋਏ ਨਹੀਂ। ਬੇਸਿਕਲੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਸੀ ਪਹਿਲਾਂ ਤੋਂ? ਅਸੀਂ ਉਰੀ ਦੇ ਰਹਿ ਭਾਨੀਗੜ੍ਹ ਦੇ ਰਹਿਣ ਵਾਲੇ, ਸੰਗਰੂਰ ਜ਼ਿਲ੍ਹੇ 'ਚ ਰਹਿੰਦੇ, ਵਾਲਦ ਕਲਾਂ ਪਿੰਡ ਸਾਡਾ। ਤੁਹਾਡੇ ਫਾਦਰ ਦੀ ਕਦੋਂ ਡੈਥ ਹੋਈ ਸੀ? ਫਾਦਰ ਦੀ ਹੋ ਗਈ 7 July 2011 ਇੱਕੋ ਸਾਡਾ ਪਰਿਵਾਰ ਸੀ ਜਿਹੜਾ ਕਮਾਉਂਦਾ ਸੀ। ਹਾਂਜੀ ਵੀਰ ਜੀ, ਕੀ ਨਾਮ ਆ ਤੁਹਾਡਾ? ਵਿਜੇ ਕੁਮਾਰ ਜੀ। ਹਾਂ, ਤੁਸੀਂ ਗਵਾਂਢੀ ਉਹਨਾਂ ਦੇ ਜੀ? ਹਾਂ, ਕੀ ਹਾਦਸਾ ਹੋਇਆ, ਕੀ ਜਾਣਕਾਰੀ ਹੈ ਤੁਹਾਨੂੰ? ਹਾਦਸਾ ਤਾਂ ਇਹ ਹੈ ਜੀ, ਪਹਿਲਾਂ ਮਤਲਬ ਇਹ ਗਏ ਸੀ ਪਟਿਆਲੇ। ਹਾਂਜੀ, ਪਟਿਆਲੇ ਤੋਂ ਆ ਰਿਹਾ ਸੀ। ਹਾਂਜੀ, ਆਉਂਦੇ ਹੋਏ ਐਕਸੀਡੈਂਟ ਹੋਇਆ। ਠੀਕ ਹੈ ਜੀ। ਐਕਸੀਡੈਂਟ ਹੋ ਚੋ ਅਤੇ ਸੱਟਾਂ ਵੱਜੀਆਂ, ਜਦੋਂ ਬੁਲਾਇਆ ਗਿਆ ਉੱਥੇ ਹੋਸਪਿਟਲ ਲੈ ਕੇ ਗਏ ਤਾਂ ਉਹਦੀ ਡੈਥ ਹੋ ਗਈ। ਠੀਕ ਹੈ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ? ਪਰਿਵਾਰ ਦੇ ਵਿੱਚ ਜੀ ਮਾਤਾ ਜੀ ਦੀ, ਇਹਨਾਂ ਦੀ ਡੈਥ ਥੋੜ੍ਹਾ ਟਾਈਮ ਹੀ ਹੋਇਆ ਹੋਈ ਨੂੰ। ਉਸ ਤੋਂ ਬਾਅਦ ਹੁਣ 2 ਭੈਣਾਂ ਨੇ ਜੀ, ਇੱਕ ਭਰਾ ਹੈ। ਠੀਕ ਹੈ ਜੀ।
ਕਮਾਉਣ ਵਾਲੇ ਹੀ ਸੀ ਪਰਿਵਾਰ? ਕਮਾਉਣ ਵਾਲਾ ਸਿਰਫ ਇਹੀ ਸੀ ਜੀ। ਠੀਕ ਹੈ ਜੀ। ਹੋਰ ਕੋਈ ਨਹੀਂ ਸੀ। ਹੁਣ ਘਰ ਦੇ ਕੀ ਹਾਲਾਤ ਹੋ ਗਏ? ਘਰ ਦੇ ਹਾਲਾਤ ਆ ਜੀ, ਕੋਈ ਹਾਲਾਤ ਹੈ ਹੀ ਨਹੀਂ। ਜੇ ਇਹਨਾਂ ਨੂੰ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੇ ਤੇ ਘਰ ਵਾਲੀ ਨੂੰ ਕੋਲੇ ਵੀ ਬੱਚੀ ਬੱਚੀ ਹੈ ਇੱਕ ਛੋਟੀ ਜੀ, ਉਹਨੂੰ ਵੀ ਉਹ ਮਿਲੇ। ਠੀਕ ਹੈ ਜੀ। ਜਿੰਨਾ ਸਰਵਿਸ ਦਾ ਟਾਈਮ ਰਹਿੰਦਾ ਉਹਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ। ਠੀਕ ਹੈ। ਪਰਿਵਾਰ ਦੇ ਭਰਾ ਨੂੰ ਉਹਨਾਂ ਦੇ ਨੂੰ ਉਹ ਮਿਲਣੀ ਚਾਹੀਦੀ ਹੈ ਨੌਕਰੀ, ਇਹਦੀ ਭੈਣ ਵੀ ਇੱਕ ਕਹਿੰਦੇ, ਤਾਂ ਕਿ ਉਹਨਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਹੋ ਸਕੇ। ਭੈਣ ਵੀ ਇਹਨਾਂ ਦੀ ਇੱਥੇ ਰਹਿ ਰਹੀ ਹੈ ਕਿ ਜਿਵੇਂ ਤੁਸੀਂ ਦੱਸਿਆ? ਹਾਂ, ਉਹ ਵੀ ਮਤਲਬ ਰੌਲਾ ਚੱਲਦਾ ਸੀ, ਗੁੜੀਆ ਵੀ ਉਰੀ ਰਹਿੰਦੀ ਹੈ, ਉਹਦੇ ਕੋਲੇ ਵੀ ਦੋ ਬੱਚੇ ਨੇ। ਹੁਣ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ? ਪੂਰੇ ਪਰਿਵਾਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਵੀ ਕੋਈ ਹੱਲ ਨਹੀਂ ਹੈਗਾ ਜੀ। ਠੀਕ ਹੈ ਸਰ। ਹਾਂਜੀ ਸਰ, ਕੀ ਨਾਮ ਆ ਤੁਹਾਡਾ ਜੀ? ਮੇਰਾ ਨਾਮ ਜਸਵੰਤ ਸਿੰਘ ਹੈ ਜੀ। ਕਿਹੜਾ ਪਿੰਡ ਆ ਜੀ? ਪਿੰਡ ਬਾਲਦ ਕਲਾਂ ਜੀ। ਕੀ ਹਾਦਸਾ ਹੋਇਆ ਇੱਥੇ ਜਿਹੜਾ ਹੋਇਆ ਜੀ? ਇਹ ਜੀ ਬੱਸ ਜਿਹੜਾ ਖਾ ਗਈ ਜੀ ਹਣੀ ਢਾਬੇ ਕੋਲੇ, ਤੇ ਉੱਥੇ ਜੀ ਇਹ ਮੁੰਡੇ ਦੀ ਉਹ ਸੱਟਾਂ ਲੱਗੀਆਂ ਖਾਸੀਆਂ, ਤੇ ਅਸੀਂ ਭਵਾਨੀਗੜ੍ਹ ਲੈ ਗਏ। ਭਵਾਨੀਗੜ੍ਹ ਤੋਂ ਫਿਰ ਪਟਿਆਲੇ ਜਾਂਦਾ, ਉੱਥੇ ਜਾ ਕੇ ਜੀ ਪੂਰਾ ਹੋਇਆ। ਇਹਦੀ ਰਜਿੰਦਰ ਕੁਮਾਰ ਦੀ ਪਰਿਵਾਰਕ ਕੀ ਹਿਸਟਰੀ ਸੀ? ਜਿਵੇਂ ਤੁਹਾਡੇ ਪਿੰਡ ਦੇ ਰਹਿਣ ਵਾਲੇ ਨੇ, ਤਾਂ ਕੀ ਹਿਸਾਬ ਕਿਤਾਬ ਸੀ? ਇਹ ਪਹਿਲਾਂ ਇਹਦਾ ਡੈਡੀ ਤੀ ਜੀ, ਹਾਂਜੀ, ਪਾਣੀ ਵਾਲੀ ਟੈਂਕੀ, ਉਹਦੀ ਡੈਥ ਹੋ ਗਈ ਤੀ ਜੀ। ਹਾਂਜੀ। ਉਦੋਂ ਬਾਅਦ ਜੀ ਫਿਰ ਇਹ ਮੁੰਡੇ ਨੂੰ ਨੌਕਰੀ ਮਿਲ ਗਈ ਤੀ ਜੀ ਰਜਿੰਦਰ, ਅਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਹੈ ਜੀ। ਦੋ ਇਹਦੇ ਭੈਣਾਂ ਨੇ ਜੀ, ਅਤੇ ਛੋਟਾ ਜਿਹਾ ਬੱਚਾ ਜੀ ਮੁੰਡਾ ਵਿਆਹਿਆ ਹੋਇਆ ਹੈ। ਪਰਿਵਾਰ 'ਚ ਇਹੀ ਕਮਾਉਣ ਵਾਲਾ ਸੀ। ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹੁਣ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਵੀ ਇਹਨਾਂ ਕਿਸੇ ਪਰਿਵਾਰ ਨੂੰ ਨੌਕਰੀ ਮਿਲ ਜੇ। ਠੀਕ ਹੈ ਜੀ। ਇੱਕ ਮੈਂਬਰ ਨੂੰ ਵੀ ਇਹਨਾਂ ਦਾ ਗੁਜ਼ਾਰਾ ਹੋ ਸਕੇ।